ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਜਾਨੀ ਰੈਕર્ડਸ ਕੈਨੇਡਾ ਸੋ ਅੱਜ ਦੀ ਵੀਡੀਓ ਆ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਪਹਿਲੇ ਕਿਹੜੇ-ਕਿਹੜੇ ਕੰਮ ਕਰਨੇ ਨੇ ਉਹ ਕਿਵੇਂ-ਕਿਵੇਂ ਕਰਨੇ ਨੇ ਕਿੱਥੇ ਜਾ ਕੇ ਤੁਹਾਡਾ ਕਿਹੜਾ ਕੰਮ ਹੋਣਾ ਹਨ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਮੇਰੇ ਨਾਲ ਮੇਰਾ ਬ੍ਰਦਰ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਵੀ ਹੁਣ ਰੀਸੈਂਟਲੀ ਕੈਨੇਡਾ ਆਇਆ ਹਨਾ ਕਿ ਇੱਕ ਦੋ ਮਹੀਨੇ ਹੋ ਗਏ ਤੇ ਕਿਉਂਕਿ ਆਪਾਂ ਨੂੰ ਯਾਦ ਆ ਨਾ ਕੰਮ ਕਿਹੜੇ-ਕਿਹੜੇ ਕਿੱਥੋਂ ਹੋਏ ਨੇ ਹਨਾ ਤੇ ਸਭ ਤੋਂ ਪਹਿਲੇ ਤਾਂ ਤੁਸੀਂ ਕੈਨੇਡਾ ਜਦੋਂ ਲੈਂਡ ਹੁੰਦੇ ਹੋ ਉੱਥੇ ਹੀ ਤੁਹਾਨੂੰ ਜਿਹੜਾ ਆ ਸ ਤੇ ਤੇ ਤੁਹਾਡਾ ਉੱਥੇ ਕੋਪ ਵਗੈਰਾ ਹੈਗਾ ਤਾਂ ਕੋਪ ਆ ਵਰਕ ਪਰਮਿਟ ਵੀ ਉੱਥੇ ਤੁਹਾਨੂੰ ਮਿਲਣਾ ਉਹਦਾ ਤੁਸੀਂ ਧਿਆਨ ਰੱਖਿਓ ਜੇ ਤੁਹਾਡੇ ਕੋਰਸ ਵਿੱਚ ਕੋਪ ਆ ਤਾਂ ਤੁਸੀਂ ਉੱਥੋਂ ਕੋਪ ਆ ਵਰਕ ਪਰਮਿਟ ਜ਼ਰੂਰ ਲੈਣਾ ਜ਼ਰੂਰ ਲੈ ਕੇ ਆਣਾ ਕਿਉਂਕਿ ਉਸ ਤੋਂ ਬਾਅਦ ਨਹੀਂ ਤੁਹਾਨੂੰ ਅਪਲਾਈ ਕਰਨਾ ਪੈਣਾ ਤੇ ਉਹਦੇ ਲਈ ਤੁਹਾਨੂੰ ਵੇਟ ਕਰਨੀ ਪੈਣੀ ਉੱਥੇ ਤੁਹਾਨੂੰ ਰਾਈਟ ਵੇ ਦੇ ਦੇਣਾ ਉਹਨਾਂ ਨੇ ਤੇ ਉਹ ਕੀ ਉਥਰੇ ਹੁੰਦੇ ਕਿ ਕਿੰਨਾ ਟਾਈਮ ਲਾਣਾ ਤੁਸੀਂ ਉਹਦੇ ਵਿੱਚ ਮਤਲਬ ਕੈਨੇਡਾ ਕਿੰਨੇ ਟਾਈਮ ਦਾ ਕੋਰਸ ਆ ਐਵੇਂ ਵੀ ਹਾਂ ਉਹ ਤੁਹਾਨੂੰ ਦਿਨ ਪੁੱਛਦੇ ਨੇ ਵੀ ਕਿੰਨੇ ਦਿਨ ਵਾਸਤੇ ਤੁਸੀਂ ਕੈਨੇਡਾ ਵਿੱਚ ਆਪਣੀ ਸਟੱਡੀ ਦੇ ਅਕੋਰਡਿੰਗ ਤਾਂ ਉਹ ਤੁਸੀਂ ਦਿਨ ਦਾ ਪਹਿਲੀ ਐਸਟੀਮੇਟ ਲਗਾ ਕੇ ਆਣਾ ਕਿਉਂਕਿ ਐਟ ਦੀ ਟਾਈਮ ਉੱਥੇ ਤੁਸੀਂ ਗਿਣਨੀ ਬੈਠੋਗੇ ਫਿਰ ਉਹ ਦਿੱਕਤ ਕਰਦੇ ਨੇ ਬਾੜੀ ਫਿਰ ਕਾਲੀ ਬਚੀ ਹੁੰਦੀ ਉੱਥੇ ਵੀ ਅੱਗੇ ਚੱਲੋ ਅੱਗੇ ਚੱਲੋ ਕਿ ਕਿੰਨੇ ਕਿੰਨੇ ਟਾਈਮ ਦਾ ਤੁਹਾਡਾ ਕੋਰਸ ਹੈ ਹਾਂ ਉਹ ਦਿਨ ਦਿਨ ਪੁੱਛਦੇ ਨੇ ਵੀ ਕਿੰਨੇ ਦਿਨਾਂ ਦਾ ਕੋਰਸ ਹੈ ਉਹ ਤਾਂ ਤੁਹਾਡੇ ਆਪਣੇ ਕੈਨਡਾ ਉਹਦੇ ਤੋਂ ਮਿਲ ਜੂਗਾ ਆਪਣਾ ਜਿਹੜਾ ਆਫਰ ਲੈਟਰ ਹੁੰਦਾ ਲੈਟਰ ਆਫ ਅਸੈਪਟੈਂਸ ਲੈਟਰ ਆਫ ਅਸੈਪਟੈਂਸ ਤੇ ਲਿਖਿਆ ਹੁੰਦਾ ਵੀ ਐਨੇ ਦਿਨ ਤੇ ਮਤਲਬ ਡੇਟ ਦੇ ਡੇਟ ਹੀ ਹੁੰਦੀ ਉਹਦੇ ਚ ਵੀ ਦਿਨ ਨਹੀਂ ਲਿਖਿਆ ਹੁੰਦੇ ਵੀ ਕਿੰਨੇ ਦਿਨ ਹੁੰਦੇ ਮਨ ਲੱਗਦਾ ਮੇਰੇ ਤੇ ਤਾਂ ਹੈ ਨਹੀਂ ਸੀਗਾ ਆਓ ਤੁਸੀਂ ਨਾ ਆਪਣਾ ਪਹਿਲੇ ਹੀ ਤੁਸੀਂ ਗਿਣ ਕੇ ਆਣੇ ਵੀ ਕਿੰਨੇ ਦਿਨ ਦਾ ਤੁਹਾਡਾ ਕੋਰਸ ਹੈ ਨਾ ਉਹ ਐਂਟਰ ਕਰਨਾ ਪੈਂਦਾ ਉਹ ਪੁੱਛਦੇ ਨੇ ਜਦੋਂ ਸਟੱਡੀ ਪਰਮਿਟ ਤੁਹਾਨੂੰ ਦਿੰਦੇ ਨੇ ਹਨਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਤੁਹਾਨੂੰ ਸੈਨ ਨੰਬਰ ਤਾਂ ਨਹੀਂ ਦਿੱਤਾ ਅੱਜ ਕੱਲ ਦਿੰਦੇ ਨਹੀਂ ਕਿਉਂਕਿ ਮੈਨੂੰ ਵੀ ਨਹੀਂ ਦਿੱਤਾ ਸੀਗਾ ਸੈਨ ਨੰਬਰ ਮੈਂ ਵੀ 5 ਸਾਲ ਪਹਿਲੇ ਜਦੋਂ ਆਇਆ ਸੀ ਤੇ ਮੈਨੂੰ ਵੀ ਸੈਨ ਤੇ ਉਸ ਤੋਂ ਬਾਅਦ ਤੁਸੀਂ ਚਲੋ ਘਰੇ ਆ ਗਏ ਹਨਾ 2-3 ਦਿਨ ਘੁੰਮ ਲਿਆ ਹਨਾ ਕੁਝ ਵੀ ਕਰ ਲਿਆ ਹਾਂ ਪਰ ਤੁਹਾਨੂੰ ਘੁੰਮਣ ਤੋਂ ਪਹਿਲੇ ਅਸੀਂ ਸਲਾਹ ਦਵਾਂਗੇ ਕਿ ਤੁਸੀਂ ਆਪਣੇ ਕਾਲਜ ਜਾ ਕੇ ਉੱਥੇ ਪਹਿਲੇ ਤਾਂ ਆਪਣੀ ਰਜਿਸਟ੍ਰੇਸ਼ਨ ਕਰਾ ਲਓ ਹਾਂ ਕਈਆਂ ਦੀ ਤਾਂ ਮਤਲਬ ਜਿਵੇਂ ਮੇਰੀ ਤਾਂ ਆਲਰੇਡੀ ਹੋਈ ਵੀ ਸੀਗੀ ਕਾਲਜ ਵੱਲੋਂ ਹੀ ਬਟ ਤੁਸੀਂ ਉੱਥੇ ਜਾ ਕੇ ਪੁੱਛ ਲੈਣਾ ਵੀ ਹਾਂ ਤੁਹਾਨੂੰ ਆਪ ਕਰਨੀ ਪੈਣੀ ਇੱਕ ਆਲਰੇਡੀ ਡਨ ਹਾਂ ਵੀ ਕੀ ਪ੍ਰੋਸੈਸ ਹੈ ਹਨਾ ਤੇ ਉੱਥੇ ਹੀ ਤੁਸੀਂ ਆਪਣਾ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਬਾਰੇ ਜ਼ਰੂਰ ਪੁੱਛਣਾ ਕਿ ਹੈਲਥ ਇੰਸ਼ੋਰੈਂਸ ਮੇਰੀ ਚੱਲ ਪਈ ਹੈ ਹੂੰ ਤੇ ਮਤਲਬ ਹਰੇਕ ਦੀ ਹੈਲਥ ਇੰਸ਼ੋਰੈਂਸ ਹੁੰਦੀ ਆ ਜਦੋਂ ਤੁਸੀਂ ਫੀਸ ਭਰਦੇ ਆ ਨਾ ਉਹਦੇ ਵਿੱਚ ਤੁਹਾਡੀ ਹੈਲਥ ਇੰਸ਼ੋਰੈਂਸ ਦੀਆਂ ਕਿਸ਼ਤਾਂ ਆ ਜੋ ਵੀ ਪ੍ਰੀਮੀਅਮ ਜਿਹੜਾ ਐਡ ਹੁੰਦਾ ਹਨਾ ਮਤਲਬ ਕਿ ਤੁਸੀਂ ਇੱਥੇ ਬਿਮਾਰ ਹੋ ਗਏ ਹਨਾ ਜੋ ਵੀ ਹੋ ਗਿਆ ਉਹ ਤੁਹਾਡੇ ਹੈਲਥ ਇੰਸ਼ੋਰੈਂਸ ਨੇ ਕਵਰ ਕਰਨਾ ਤੇ ਉੱਥੇ ਆ ਕੇ ਤੁਸੀਂ ਸਮਝ ਕੇ ਆਣਾ ਕਿ ਤੁਹਾਡੀ ਜਿਹੜੀ ਆ ਮਤਲਬ ਦਵਾਈਆਂ ਕਿੰਨੀ ਕਿੰਨੇ ਪਰਸੈਂਟ ਕਵਰ ਨੇ ਤੋਨੀਆ ਸਰਜਰੀ ਕਿੰਨੇ ਪਰਸੈਂਟ ਕਵਰ ਆ ਡੈਂਟਲ ਤੁਹਾਡੀ ਕਿੰਨੇ ਪਰਸੈਂਟ ਕਵਰ ਆ ਸਕਿਨ ਪ੍ਰੋਬਲਮ ਕੋਈ ਕੁਝ ਹੋਰ ਸਾਰੀ ਚੀਜ਼ਾਂ ਹੁੰਦੀਆਂ ਨੇ ਹਾਂ ਕਿਉਂਕਿ ਇਹਦੇ ਨਾਲ ਰੀਸੈਂਟਲੀ ਆਂਦੇ ਹੀ ਇਹੀ ਕੇਸ ਹੋਇਆ ਹਜੇ ਆਏ ਨੂੰ ਇਹਨੂੰ ਹਫਤਾ ਵੀ ਨਹੀਂ ਹੋਇਆ ਸੀਗਾ ਤੇ ਇਹਨੂੰ ਚਿਕਨ ਪੌਕਸ ਹੋ ਗਿਆ ਸੀਗਾ ਹਨਾ ਤੇ ਅਪਮਾ ਹੈਲਥ ਹੈਲਥ ਇਸ਼ੋਰੇ ਸਵਾਲਿਆਂ ਦੇ ਜਾ ਕੇ ਆਏ ਹੋਏ ਸੀਗੇ ਤੇ ਸਾਨੂੰ ਪਤਾ ਸੀਗਾ ਵੀ ਕੀ ਕੀ ਕਰਨਾ ਹਨਾ ਤੇ ਆਪਾਂ ਨੇ ਫਿਰ ਉਹ ਕਲੇਮ ਕੀਤਾ ਸੀਗਾ ਤੇ ਸਾਨੂੰ ਜਿਹੜੇ ਪੈਸੇ ਆ ਸਾਰੇ ਵਾਪਸ ਮੁੜੇ ਆਏ ਸੀਗੇ ਤੇ ਇਹ ਤੁਸੀਂ ਜ਼ਰੂਰ ਪੁੱਛਣਾ ਉੱਥੇ ਜਾ ਕੇ ਹਨਾ ਤੇ ਹੈਲਥ ਇਸ਼ੂਰੈਂਸ ਤੁਹਾਡੀ ਮਸਟ ਆ ਉੱਥੇ ਫੇਰ ਰਜਿਸਟ੍ਰੇਸ਼ਨ ਕਰਾ ਕੇ ਤੇ ਉਹ ਤੁਹਾਨੂੰ ਕਾਲਜ ਦਾ ਕਾਰਡ ਦੇ ਦੇਣਗੇ ਕਾਲਜ ਆਈਡੀ ਦੇ ਦੇਣਗੇ ਹੈਨਾ ਤੇ ਉੱਥੇ ਹੀ ਬੱਸ ਪਾਸ ਦਾ ਵੀ ਤੁਸੀਂ ਪੁੱਛਣਾ ਆ ਜੇ ਬੱਸ ਪਾਸ ਦਾ ਉੱਥੇ ਤੁਸੀਂ ਸਟੂਡੈਂਟ ਸਰਵਿਸ ਸੈਂਟਰ ਵੀ ਹੁੰਦਾ ਹੈ ਤੇ ਉਸੇ ਉੱਥੇ ਪੁੱਛ ਸਕਦੇ ਇੱਕ ਸਟੂਡੈਂਟ ਐਸੋਸੀਏਸ਼ਨ ਵੀ ਹੁੰਦਾ ਕਈ ਕਾਲਜਾਂ 'ਚ ਹਾਂ ਨਹੀਂ ਸਾਰਿਆਂ 'ਚ ਹੀ ਹੁੰਦਾ ਉਹ ਸਟੂਡੈਂਟ ਐਸੋਸੀਏਸ਼ਨ ਸਾਰਾ ਤੇ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਵੀ ਮੈਂ ਬੱਸ ਪਾਸ ਅਪਲਾਈ ਕਰਨਾ ਤੇ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਕਿਹੜੇ ਆਪਸ਼ਨ ਤੁਹਾਨੂੰ ਅਵੇਲੇਬਲ ਆ ਏ ਜਿਵੇਂ ਮੰਥਲੀ ਹੁੰਦਾ ਤੇ 28 ਡੇਜ਼ ਵਾਲਾ ਵੀ ਹੁੰਦਾ ਏ ਤੇ ਇੱਕ ਕਈ ਹੁੰਦੇ ਆ ਵੀ ਜੇ ਤੁਸੀਂ ਨੋਰਮਲ ਜਾਈ ਬਣਾਉਣਾ ਜਿੰਨਾ ਫੇਰ ਵੈਸੇ ਲੱਗਦਾ ਜਿਉਂ ਨਹੀਂ ਕਰਨਾ ਤੁਸੀਂ ਤੇ ਇੱਕ ਹੁੰਦਾ ਸੈਮੈਸਟਰ ਪਾਸ ओके ਤੇ ਜੇ ਮੈਂ ਤਾਂ ਰਿਕਮੈਂਡ ਕਰੂੰਗਾ ਤੁਸੀਂ ਸਮੈਸਟਰ ਵਾਲਾ ਹੀ ਬਣਾਓ ਕਿਉਂਕਿ ਆਂਦੇ ਹੀ ਤਾਂ ਸਾਡੇ ਕੋ ਗੱਡੀਆਂ ਹੁੰਦੀਆਂ ਨਹੀਂ ਹਨਾ ਤੇ ਤੁਸੀਂ ਕਈ ਵਾਰ 2-3 ਵਾਰ ਵੀ ਟਰੈਵਲ ਕਰਨਾ ਪੈਂਦਾ ਇੱਕ ਦਿਨ ਬੱਸੇ ਵਿੱਚ ਦੋ ਵਾਰ ਤਾਂ ਕਰਨਾ ਹੀ ਪੈਣਾ ਕੋਲਜ ਜਾਣਾ ਕੋਲਜ ਤੋਂ ਘਰ ਆਣਾ ਤੇ ਤੇ ਕੰਮ ਤੇ ਜਾਣਾ ਜੇ ਕਿਤੇ ਹੋਰ ਲੋਡ ਪੈ ਗਈ ਜਾਣ ਦੀ ਸਮੈਸਟਰ ਬਾਅਦ ਸਭ ਤੋਂ ਬੈਸਟ ਰਹਿੰਦਾ ਉਹ ਸਮੈਸਟਰ ਬਾਅਦ ਸਭ ਤੋਂ ਬੈਸਟ ਆ ਇੱਕ ਹੁੰਦਾ ਆ ਮਹੀਨੇ ਦਾ ਹਨਾ 1-28 28 ਦਿਨ ਦਾ ਵਾਲਾ ਹੁੰਦਾ ਇੱਕ ਇੱਕ ਪੂਰਾ ਮਹੀਨੇ ਦਾ ਹੁੰਦਾ ਏ ਏ ਇੱਕ ਦਾ ਦੂਜੀ ਤਰ੍ਹਾਂ ਹੀ ਹੁੰਦਾ ਕਿੰਨਾ ਲੋਡ ਕਰਾਣਾ ਤੁਸੀਂ ਉਹ ਤਾਂ ਕਦੇ ਵੀ ਨਾ ਕਰਾਓ ਹਾਂ ਉਹ ਤਾਂ ਉਨੇ ਹੀ ਪੈ ਜਾਂਦਾ ਉਹ ਤਾਂ ਬਾਦੂ ਹੀ ਪੋਗਾ ਕਿਉਂਕਿ ਜੇ ਤੁਸੀਂ ਇੱਕ ਦਿਨ 'ਚ ਤੁਸੀਂ ਤਿੰਨ ਵਾਰ ਵੀ ਜਾਣਾ ਤੇ ਤਿੰਨ ਵਾਰੀ ਤੁਹਾਡੇ 3-3 ਡਾਲਰ ਘਟ ਜਾਣੇ ਕੱਟ ਗਏ ਹਾਂ ਸੈਮੈਸਟਰ ਪਾਸ ਸਭ ਤੋਂ ਵਧੀਆ ਆਇਆ ਤੁਸੀਂ ਕਦੇ ਕਈ ਦਿਮਾਗ ਲਾਣ ਲੱਜਦੇ ਵੀ ਯਾਰ ਅਸੀਂ ਕਾਲਜ 20 ਮਹੀਨੇ ਦੇ ਵਿੱਚ ਆਪਾਂ ਨੇ ਕਹਲਾ ਵੀ ਵੀ ਹੈ ਇੰਨੀਆਂ ਛੁੱਟੀਆਂ ਹਨਾ ਹਾਂ 5 15 16 ਦੀ ਨਹੀਂ ਜਾਣਾ ਵੀ ਐਦਾ ਹੈ ਹਾਂ ਕੀ ਸਾਡਾ ਬਾਜੂਗਾ ਪਰ ਤੁਸੀਂ ਛੁੱਟੀ ਵਾਲੇ ਦਿਨ ਵੀ ਤੁਸੀਂ ਕਿਤੇ ਜਾਣਾ ਵਾ ਫੇਰ ਤੁਹਾਨੂੰ ਪੈਸੇ ਵੇ ਕਰਨੇ ਪੈਣੇ ਹਨਾ ਉੱਥੇ ਆ ਜਾਂਦੀ ਗੱਲ ਉੱਥੇ ਗੱਲ ਆ ਜਾਂਦੀ ਤੁਸੀਂ ਸਮੈਸਟਰ ਪਾਸ ਲੋ ਕੋਈ ਟੈਨਸ਼ਨ ਨਹੀਂ ਜਿੰਨੀ ਮਰਜ਼ੀ ਬਾਜ ਜਿੱਥੇ ਮਰਜ਼ੀ ਜਾਓ ਹਨਾ ਤੇ ਉਹ ਤੁਸੀਂ ਪਾਸ ਜ਼ਰੂਰ ਲੈ ਲੈਣਾ ਉਸ ਤੋਂ ਬਾਅਦ ਤੁਸੀਂ ਆਪਣਾ ਸੈਨ ਨੰਬਰ ਅਪਲਾਈ ਕਰਨਾ ਜਿਵੇਂ 온ਟਾਰੀਓ ਦੇ ਵਿੱਚ ਇੱਕ ਸਰਵਿਸ 온ਟਾਰੀਓ ਹਨਾ ਸਰਵਿਸ ਕੈਨੇਡਾ ਸੌਰੀ ਸਰਵਿਸ ਕੈਨੇਡਾ ਇੱਥੇ ਵੀ ਸਰਵਿਸ ਕੈਨੇਡਾ ਹੈ ਸਰਵਿਸ ਕੈਨੇਡਾ ਜਾ ਕੇ ਤੁਹਾਨੂੰ ਜਿਹੜਾ ਆ ਉੱਥੇ ਸੈਨ ਨੰਬਰ ਮਿਲਦਾ ਅਪਲਾਈ ਕਰ ਤੇ ਇਸ ਨੰਬਰ ਚ ਇੱਕ ਹੋਰ ਪ੍ਰੋਬਲਮ ਜਿਹੜੀ ਆ ਹੁਣ ਸਾਨੂੰ ਬਾਅਦ ਚ ਫੀਲ ਹੋਈ ਕਿ ਮੈਨੂੰ ਫੀਲ ਹੋਈ ਹੈ ਨਾ ਕਿ ਉੱਥੇ ਮੈਂ ਗਲਤੀ ਕਰਤੀ ਹੈ ਨਾ ਤੇ ਉਹਨਾਂ ਤੁਹਾਨੂੰ ਪੁੱਛੇ ਹੁੰਦੇ ਮਦਰ ਮੇਡਨ ਨੇਮ ਹੈ ਨਾ ਉਹ ਹੁੰਦਾ ਕਿ ਲਾਸਟ ਗੋਤ ਪੁੱਛਦੇ ਹੁੰਦੇ ਮਦਰ ਦਾ ਹਾਂ ਭਾਈ ਤੁਹਾਡਾ ਕੋਈ ਵੀ ਤੁਸੀਂ ਅਲੱਗ ਨੇਮ ਦੱਸੋ ਜਿਹਨੇ ਤੁਹਾਡੀ ਆਈਡੈਂਟੀਟੀ ਥੋੜੀ ਡਿਫਰੈਂਸ਼ੀਏਟ ਹੋ ਜਾਵੇ ਡਿਫਰੈਂਟ ਹੋ ਜਾਵੇ ਹੈ ਨਾ ਕਿਉਂਕਿ ਇੱਥੇ ਜਦੋਂ ਆਪਾਂ ਸਾਰੇ ਆਂਦੇ ਸਾਰਿਆਂ ਦੇ ਨਾਮ ਬਿਲਕੁਲ ਸੇਮ ਹੀ ਹੁੰਦੇ ਜਿਦਾਂ ਮੇਰਾ ਗੁਰਪ੍ਰੀਤ ਸਿੰਘ ਮਮੀ ਦਾ ਨਾਮ ਇੰਦਰਜੀਤ ਕੌਰ ਹਾਂ ਤੇ ਜ਼ਿਆਦਾਤਰ ਲੋਕਾਂ ਦੇ ਨਾਮ ਕਈਆਂ ਦੇ ਸੇਮ ਹੀ ਆ ਜਾਂਦੇ ਉਹਨਾਂ ਨੇ ਮੈਨੂੰ ਕਿਹਾ ਵੀ ਇਥੇ ਕਾਫੀ ਗੁਰਪ੍ਰੀਤ ਆ ਜਿਨ੍ਹਾਂ ਦੇ ਮਮੀ ਦੇ ਨਾਮ ਇੰਦਰਜੀਤ ਕੌਰ ਆ ਤੇ ਉਹ ਕਹਿੰਦੇ ਤੁਸੀਂ ਕੋਈ ਡਿਫਰੈਂਸ਼ੀਏਟ ਦੱਸੋ ਬਈ ਤੁਹਾਡਾ ਕੋਈ ਨਾਮ ਦੇ ਪਿੱਛੇ ਬਈ ਇਹ ਤੁਹਾਡੇ ਉਹ ਰੈਕਡਰ ਤੇ ਨਹੀਂ ਚੜੂਗਾ ਰੈਕਡਰ ਤੇ ਨਹੀਂ ਚੜੂਗਾ ਬਸ ਅਸੀਂ ਡਿਫਰੈਂਟ ਕਰਨੇ ਵਾਸਤੇ ਅਸੀਂ ਲੈਣਾ ਤੇ ਆਪਾਂ ਸੈਣੀ ਲਗਾਤਾ ਸੀਗਾ ਵਿੱਚ ਜਾਂ ਤੁਸੀਂ ਕੁਝ ਵੀ ਲਗਾ ਸਕਦੇ ਤੁਹਾਡੀ ਮਰਜ਼ੀ ਆ ਹਾਂ ਤੁਸੀਂ ਗੋਤ ਜਿਹੜਾ ਜ਼ਰੂਰ ਲਿਖਾ ਦਿਓ ਹਨਾ ਹਾਂ ਤੇ ਤਾਂ ਕਰਕੇ ਉਹਦਾ ਫਾਇਦਾ ਪਤਾ ਕੀ ਆ ਕਿ ਬਾਅਦ ਚ ਜਦੋਂ ਤੁਸੀਂ ਕ੍ਰੈਡਿਟ ਕਾਰਡ ਤੁਹਾਨੂੰ ਮਿਲਣਾ ਬੈਂਕ ਤੋਂ ਹਨਾ ਕਿ ਤੁਹਾਡਾ ਨਾ ਕ੍ਰੈਡਿਟ ਮਿਸਮੈਚ ਨਹੀਂ ਹੋਊਗਾ ਮੇਰਾ ਕ੍ਰਾਈਟਾ ਜਿਹੜਾ ਆ ਮਿਸਮੈਚ ਹੋ ਗਿਆ ਸੀਗਾ ਕਿ ਮੇਰੇ ਨਾਮ ਤੇ ਕਿਸੇ ਹੋਰ ਦਾ ਕ੍ਰੈਡਿਟ ਕਾਰਡ ਮੇਰੇ ਅਕਾਊਂਟ ਚ ਸ਼ੋ ਹੋਈ ਜਾਂਦਾ ਸੀਗਾ ਹਾਂ ਦੱਸਿਆ ਸੀ ਤੇ ਉਹ ਬਾਅਦ ਚ ਰਿਮੂਵ ਕਰਾਉਣਾ ਬਹੁਤ ਔਖਾ ਆ ਤਾਂ ਕਰਕੇ ਤੁਸੀਂ ਪਹਿਲੀ ਆਪਣੀ ਰੈਂਟਿਟੀ ਜਿਹੜੀ ਉਹ ਡਿਫਰੈਂਟ ਰੱਖੋ ਤੇ ਉੱਥੇ ਜਦੋਂ ਉਹ ਪੁੱਛਦੇ ਨੇ ਤੇ ਥੋੜਾ ਜਿਹਾ ਡਿਫਰੈਂਟ ਦੱਸ ਦਿਓ ਉਹਨਾਂ ਨੂੰ ਤੇ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਹਾਡੇ ਨਾਮ ਨਾਲ ਇੰਨੇ ਜਣੇ ਮੈਚ ਕਰਦੇ ਪਏ ਆ ਹਾਂ ਵੀ ਤੁਸੀਂ ਕੁਝ ਡਿਫਰੈਂਟ ਦੱਸੋ ਸਾਨੂੰ ਤੇ ਤੁਸੀਂ ਕੁਝ ਵੀ ਦੱਸ ਸਕਦੇ ਆਪਣਾ ਗੋਤ ਜਾਤ ਗੋਜ ਵੀ ਦੱਸ ਦਿਓ ਉੱਥੇ ਹਾਂ ਤੇ ਬਾਕੀ ਉਹਦੇ ਤੋਂ ਬਾਅਦ ਤੁਸੀਂ ਸਿਨ ਨੰਬਰ ਜਦੋਂ ਤੁਸੀਂ ਅਪਲਾਈ ਕੀਤਾ ਮਿਲ ਗਿਆ ਤੁਹਾਨੂੰ ਸਿਨ ਨੰਬਰ ਉਹਦੇ ਬਾਅਦ ਤੁਸੀਂ ਜਾਣਾ ਆਪਣੇ ਬੈਂਕ ਵਿੱਚ ਆਪਣਾ ਅਕਾਊਂਟ ਕਰਵਾਉਣਾ ਹੈ ਨਾ ਈਆ ਸੇਵਿੰਗ ਅਕਾਊਂਟ ਤੁਸੀਂ ਉੱਥੇ ਅਪੇਵਿੰਗ ਤੇ ਆਪਣਾ ਜੀਏਸੀ ਅਕਾਊਂਟ ਵੀ ਜੀਏਸੀ ਅਕਾਊਂਟ ਹਾਂ ਤੇ ਉੱਥੇ ਤੁਸੀਂ ਡਾਕੂਮੈਂਟ ਪਹਿਲਾਂ ਆਪਣਾ ਇਹ ਸਿਨ ਨੰਬਰ ਵੀ ਨਾਲ ਲੈਣਾ ਕਿਉਂਕਿ ਉਹ ਵੀ ਉਹ ਮੰਗਦੇ ਨੇ ਤੇ ਤੁਸੀਂ ਪਾਸਪੋਰਟ ਲੈ ਜੋ ਨਾਲ ਆਪਣਾ ਤੇ ਜਿਹੜੀ ਤੁਹਾਡੇ ਕੋਲ ਪਹਿਲਾਂ ਰਸੀਪਟ ਆ ਤੁਹਾਡੇ ਕੋਲ ਆਲਰੇਡੀ ਹੈਗੀਆਂ ਤੁਹਾਡੇ ਏਜੰਟ ਨੇ ਤੁਹਾਨੂੰ ਦਿੱਤੀਆਂ ਤੁਹਾਡੇ ਕੋਲ ਰਸੀਪਟ ਡਿਲੀਵਰ ਵੀ ਹੋ ਜਾਂਦੀਆਂ ਆ ਉਹ ਤੇ ਉਹ ਤੁਸੀਂ ਲੈ ਕੇ ਜਾਣੀਆਂ ਉਹਨਾਂ ਕੋਲ ਤੇ ਉਹਨਾਂ ਨੇ ਤੁਹਾਡਾ ਉੱਥੇ ਅਕਾਊਂਟ ਖੋਲਣਾ ਪੂਰਾ ਪ੍ਰੋਸੈਸ ਚੱਲਣਾ ਤੇ ਉਹ ਤੋਂ ਬਾਅਦ ਆਪਾਂ ਤੇ ਉਹਦੇ ਲਈ ਤੁਹਾਨੂੰ ਜਿਹੜੀਆਂ ਅਪਾਇੰਟਮੈਂਟ ਲੈਣੀ ਪੈਣੀ ਹੈ ਜਰੂਰ ਉਕੇ ਤੁਸੀਂ ਰਾਈਟ ਵੇ ਵਾਕਿੰਗੇ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਅਕਾਊਂਟ ਖਲਾਣ ਗਣਾ ਅਪਾਇੰਟਮੈਂਟ ਬੁੱਕ ਕਰਨੀ ਇਹ ਤੁਹਾਨੂੰ ਉਹਦੀ ਪਹਿਲੇ ਦੱਸ ਦਈਆ ਨਾ ਕਿਉਂਕਿ ਕਈ ਜਾਣਦੇ ਨੇ ਵੀ ਅੱਜ ਆਸੀ ਆਪਣਾ ਖਲਾਈ ਜਾਣਾ ਹਨ ਪਰ ਤੁਸੀਂ ਉਹਨਾਂ ਨੂੰ ਜਾਓਗੇ ਉਹਨਾਂ ਨੇ ਕਹਿਣਾ ਅਪਾਇੰਟਮੈਂਟ ਬੁੱਕ ਕਰੋ ਇਸ ਲਈ ਤੁਸੀਂ ਘਰੋਂ ਵੀ ਫੋਨ ਕਰਕੇ ਵੀ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਹਨਾ ਜਾਂ ਫਿਰ ਨੀਅਰੈਸਟ ਕਿਸੇ ਤੋਂ ਬੈਂਕ ਤੋਂ ਜਾ ਕੇ ਜਿਹੜਾ ਤੁਹਾਡੇ ਆਇਆ ਇਹ ਫੋਨ ਤੋਂ ਯਾਦ ਆਇਆ ਫੋਨ ਦਾ ਆਪਾਂ ਦੱਸਣਾ ਭੁੱਲੀ ਗਏ ਤੁਸੀਂ ਸਿਮ ਵੀ ਲੈਣੀ ਆ ਜਾ ਕੇ ਵੀ ਲੈਣੀ ਪਹਿਲਾਂ ਹਾਂ ਇਹ ਤੁਸੀਂ ਸਿਮ ਵੀ ਲੈਣੀ ਆ ਤੇ ਸਿਮ ਦੇ ਵਿੱਚ ਕਈ ਜਿਹੜੇ ਸਟੂਡੈਂਟ ਕੀ ਕਰਦੇ ਨੇ ਉਹ ਮੋਬਾਈਲ ਵੀ ਨਾਲ ਹੀ ਲੈ ਲਾਂਦੇ ਹਨਾ ਇਹ ਤੁਹਾਡੀ ਮਰਚੀ ਆ ਜੇ ਤੁਸੀਂ ਮੋਬਾਈਲ ਵੀ ਨਾਲ ਲੈਣਾ ਹਨਾ ਹਾਂ ਜਾਂ ਤੁਸੀਂ ਇਕੱਲੀ ਸਿਮ ਹੀ ਲੈਣੀ ਹੈ ਤੁਹਾਨੂੰ ਠੀਕ ਲੱਗਦਾ ਕਈਆਂ ਨੇ ਫੋਨ ਦਾ ਸੋਚਾ ਹੁੰਦਾ ਵੀ ਪਹਿਲਾਂ ਹੋਰ ਆ ਕੇ ਫੋਨ ਹੀ ਲੈਣਾ ਸੀ ਤੇ ਜੇ ਫੋਨ ਲੈਣਾ ਤਾਂ ਤੁਹਾਨੂੰ ਵਧੀਆ ਆਫਰ ਵੀ ਮਿਲ ਜਾਂਦੇ ਹਨਾ ਸਿਮ ਵਾਲਾ ਤਾਂ ਵੈਸੇ ਸਿਸਟਮ ਥੋੜਾ ਮਹਿੰਗਾ ਹੀ ਪੈ ਜਾਂਦਾ ਮਨ ਲੱਗਦਾ ਸੇਮ ਉਨਾਂ ਹੀ ਪੈਂਦਾ ਕਿਉਂਕਿ ਹੁਣ ਜੇ ਤੂੰ ਫੋਨ ਲੈਣਾ ਤੈਨੂੰ ਕਹਿ ਦੇਣਾ ਕਿ ਪਰ ਮੜਾ ਥੋੜਾ ਬੋਟਾ ਡਿਸਕਾਊਂਟ ਦੇ ਦਿੰਦੇ ਨੇ ਹੋਰ ਜੇ ਤੁਸੀਂ ਫੋਨ ਲੈਣਾ ਨਾਲ ਫੋਨ ਲੈਣਾ ਨਾਲ ਹਾਂ ਉਹ ਤੁਹਾਡੇ ਤੇ ਡਿਪੈਂਡ ਆ ਨਾ ਤੁਸੀਂ ਕੀ ਕਰਨਾ ਕਿਵੇਂ ਹੈ ਨਾ ਨੰਬਰ ਵੀ ਜਰੂਰੀ ਤੁਸੀਂ ਜ਼ਰੂਰ ਲੈਣਾ ਹੀ ਲੈਣਾ ਬਾਕੀ ਤੁਸੀਂ ਪਹਿਲਾਂ ਇੱਕ ਵਾਰ ਸਰਚ ਕਰ ਲਿਓ ਵੀ ਕਿਹਨਾਂ ਦਾ ਸਰਵਿਸ ਵਧੀਆ ਹੈ ਤੁਹਾਡੇ ਏਰੀਆ 'ਚ ਕਿਉਂਕਿ ਇਹ ਜ਼ਰੂਰ ਤੁਸੀਂ ਨਾਲ ਦੇ ਆਪਣਾ ਫਰੈਂਡ ਜਾਂ ਕਿਸੇ ਤੋਂ ਵੀ ਜਿਹਦੇ ਕੋਲ ਆਏ ਹਨ ਉਹਨੂੰ ਪੁੱਛ ਲਿਓ ਵੀ ਕਿਹੜੀ ਆਪਾਂ ਸਿਮ ਲਈ ਜਾਣਾ ਕਿੱਥੇ ਰੇਂਜ ਵਗੈਰਾ ਕਿਵੇਂ ਦੀ ਆਉਂਦੀ ਹੈ ਨਾ ਉਹਦੀ ਕਿਉਂਕਿ ਇੱਥੇ ਕਈ ਸਿਮਾਂ ਦੀ ਬੜੀ ਜਿਵੇਂ ਜੇ ਕੋਈ ਬੇਸਮੈਂਟ ਜਿਆ ਰਹਿੰਦਾ ਨਾ ਤੇ ਉੱਥੇ ਤਾਂ ਜਮਾਈ ਰੇਹਾਂ ਐਸੀ ਆ ਜਾਂਦਾ ਫਿਰ ਤਾਂ ਤੇ ਵਧੀਆ ਵਾਲੀ SIM ਲੈ ਲਿਓ ਤੇ ਤੁਸੀਂ ਆਪਣਾ ਅਪਾਇੰਟਮੈਂਟ ਬੁੱਕ ਕਰਾ ਕੇ ਆਪਣਾ ਬੈਂਕ ਦੇ ਵਿੱਚ ਜਾ ਕੇ ਆਪਣਾ GIIC ਅਕਾਊਂਟ ਵੀ ਖਲਾ ਲਿਓ ਉੱਥੇ ਉਹਨਾਂ ਨੇ ਤੁਹਾਨੂੰ ਇੱਕ ਤੁਹਾਡਾ ਸੇਵਿੰਗ ਅਕਾਊਂਟ ਖੋਲ ਦੇਣਾ ਇੱਕ ਤੁਹਾਡਾ ਚੈਕਿੰਗ ਅਕਾਊਂਟ ਜਿਹੜਾ ਕਿ ਸਟੂਡੈਂਟ ਅਕਾਊਂਟ ਹੁੰਦਾ ਹੂੰ ਤੇ ਤੁਹਾਡਾ ਕ੍ਰੈਡਿਟ ਕਾਰਡ ਵੀ ਉੱਥੇ ਉਹਨਾਂ ਨੇ ਅਪਲਾਈ ਕਰਦਣਾ ਅਪਲਾਈ ਕਰਨਾ 1000 ਡਾਲਰ ਦਾ ਤੁਹਾਨੂੰ ਕ੍ਰੈਡਿਟ ਕਾਰਡ ਦੇ ਦੇਣਾ ਤੇ ਉਹ ਦੱਸਣਗੇ ਵੀ ਤੁਸੀਂ ਕਿੰਨਾ ਉੱਥੋਂ ਆਪਣਾ ਸਪੈਂਡ ਕਰ ਸਕਦੇ ਤੇ ਜੇ ਤੁਸੀਂ ਓਵਰ ਸਪੈਂਡ ਕਰਦੇ ਤਾਂ ਕਿੰਨਾ ਉੱਤੇ ਇੰਟਰਸਟ ਪੈਂਦਾ ਤੁਸੀਂ ਕਿਵੇਂ ਪੇ ਕਰਨਾ ਉਹ ਸਾਰੀ ਇਨਫਰਮੇਸ਼ਨ ਉੱਥੇ ਤੁਹਾਨੂੰ ਦੱਸ ਦੇਣਗੇ ਤੁਹਾਡੀ ਉਹਨਾਂ ਨੇ ਫਾਈਲ ਬਣਾ ਕੇ ਤੁਹਾਨੂੰ ਉੱਥੇ ਫੜਾ ਦੇਣੀ ਆ ਤੇ ਕ੍ਰੈਡਿਟ ਕਾਰਡ ਤੁਹਾਡਾ 7-8 ਦਿਨਾਂ ਚ ਬਣ ਕੇ ਆ ਜਾਣਾ ਯਾ ਤੇ ਤੁਹਾਡੇ ਅਕਾਊਂਟ ਦੇ ਵਿੱਚ ਇੱਕ ਹਰੇਕ ਮਹੀਨੇ ਕਿੰਨੇ ਡਾਲਰ ਆਂਦੇ ਨੇ ਹਾਂ GIC ਦੇ ਮੇਰੇ 600 ਕੋ ਜਾਂਦੇ 6 697 ਪਤਾ ਨਹੀਂ 650 ਕੋ ਜਿੱਦਾਂ ਆਉਂਦਾ ਹਾਂ ਤੇ ਰਾਈਟ ਵੀ ਤੁਹਾਨੂੰ 2000 ਡਾਲਰ ਜਿਹੜਾ ਉਹਨਾਂ ਨੇ ਤੁਹਾਡੇ ਅਕਾਊਂਟ ਦੇ ਵਿੱਚ ਪਾ ਦੇਣਾ GIC ਦਾ ਜਦੋਂ ਪਹਿਲੀ ਵਾਰੀ ਤੁਹਾਡਾ ਆਣੇ ਅਕਾਊਂਟ ਖੋਲਣਾ ਹਾਂ ਤੇ ਉਹ ਮਤਲਬ ਕਈ ਕਈ ਲੋਕੀ ਕਹਿੰਦੇ ਨੇ ਕਿ ਆਪਾਂ GIC ਅਕਾਊਂਟ ਖਿਲਾ ਲਈਏ ਕਈ ਜਿਵੇਂ ਇੰਡੀਆ ਤੋਂ ਪੈਸੇ ਨਹੀਂ ਲੈ ਕੇ ਆਂਦੇ ਹੁੰਦੇ ਹਨਾ ਤੇ ਉਹ ਫਿਰ GIC ਕਾਉਂਟ ਖਿਲਾ ਕੇ 2000 ਮਿਲ ਜਾਂਦਾ ਤੁਹਾਨੂੰ ਖਰਚੇ ਵਗੈਰਾ ਇੱਧਰ ਪਾਸ ਵਗੈਰਾ ਬਣਾਉਣ ਲਈ ਜਾਂ ਕੁਝ ਵੀ ਕਰਨ ਲਈ ਹੈਨਾ ਹੂੰ ਤੇ ਇਹ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਇਹ ਸਾਰਾ ਕੁਝ ਹੋ ਗਿਆ ਫਿਰ ਇੱਕ ਕੰਮ ਰਹਿ ਜਾਂਦਾ ਤੁਹਾਡਾ ਤੁਸੀਂ ਜਿਹੜਾ ਮੈਂ ਤੁਹਾਨੂੰ ਰੀਕਮੈਂਡ ਕਰੂੰਗਾ ਤੁਸੀਂ ਨਾਲ ਹੀ ਕਰਵਾ ਲਓ ਉਹ ਹੈਗਾ ਜਿਹੜਾ ਕਿ ਤੁਸੀਂ ਲਾਇਸੈਂਸ ਦਾ ਆਪਣਾ ਟੈਸਟ ਜ਼ਰੂਰ ਦੇ ਦਿਓ ਹੂੰ ਇੱਥੇ ਦੇ ਇੱਥੇ ਦਾ ਲਾਇਸੈਂਸ ਬਣਾਣਾ ਜਿਹੜਾ ਤੁਸੀਂ ਹੂੰ ਉਹਦਾ ਤੁਸੀਂ ਰਿਟਰਨ ਟੈਸਟ ਜ਼ਰੂਰ ਦੇ ਦਿਓ ਤੇ ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੈਗਾ ਉੱਥੋਂ ਤੁਸੀਂ ਆਪਣਾ ਐਬਸਟ੍ਰੈਕਟ ਜ਼ਰੂਰ ਲਿਓ ਇੰਡੀਆ ਤੋਂ ਕਢਾ ਕੇ ਹਨਾ ਉਹ ਕਢਾ ਕੇ ਲਿਓ ਉਹ ਕਿੱਥੋਂ ਨਿਕਲਦਾ ਉਹ ਤੁਹਾਡਾ ਜਿੱਥੇ ਜਿੱਦਾਂ ਆਰਟੀਓ ਆਫਿਸ ਹੁੰਦੇ ਨੇ ਜਿੱਥੇ ਡਰਾਈਵਿੰਗ ਲਾਇਸੈਂਸ ਤੁਹਾਡੇ ਟੈਸਟ ਹੁੰਦੇ ਇੰਡੀਆ 'ਚ ਤੁਹਾਡੇ ਡਿਸਟ੍ਰਿਕਟ ਦਾ ਜਿਹੜਾ ਵੀ ਹੈਗਾ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਉਹਦੀ ਵੀ ਆਪਾਂ ਵੀਡੀਓ ਬਣਾ ਦਈ ਕਿਦਾਂ ਅਪਲਾਈ ਕਰਨਾ ਐਕਸਟ੍ਰੈਕਟ ਵਗੈਰਾ ਤੇ ਉਹ ਤੁਸੀਂ ਕਿਸੇ ਜਿਹਦਾ ਹੁੰਦੀ ਆ ਸਾਈਬਰ ਕਾਫੇ ਵਾਲੇ ਉਹਨਾਂ ਤੋਂ ਅਪਲਾਈ ਕਰਾ ਲਓ ਤੇ ਉਹਦਾ ਵੀ ਉਹਦਾ ਜਦੋਂ ਜਦ ਹੀ ਮਿਲ ਜਾਂਦਾ ਥੋੜਾ ਜਿਹਾ ਪ੍ਰੋਸੈਸਨ 2-3 ਦਿਨ ਦਾ ਪ੍ਰੋਸੈਸ ਹੁੰਦਾ ਤੁਹਾਡਾ 6-7 ਮਹੀਨੇ ਵਾਸਤੇ ਵੈਲਿਡ ਹੁੰਦਾ ਉਹਰੇ ਆਕੇ ਹੂੰ ਤੇ ਉਹ ਜਿਹੜਾ ਤੁਸੀਂ ਲਾਇਸੈਂਸ ਲੈ ਕੇ ਆਉਂਗੇ ਇੰਡੀਆ ਦਾ ਹਨਾ ਫਿਰ ਜਦੋਂ ਤੁਸੀਂ ਇੱਥੇ ਆਪਣਾ ਰੀਡਨ ਟੈਸਟ ਦੋਗੇ ਉੱਥੇ ਉਹਨਾਂ ਨਾਲ ਗੱਲ ਕਰ ਲਿਓ ਕਿ ਸਾਡੇ ਇੰਡੀਆ ਦੇ ਲਾਇਸੈਂਸ ਦਾ ਐਕਸਪੀਰੀਅੰਸ ਜਿਹੜਾ ਐਡ ਹੋ ਜਾਊਗਾ ਹਾਂ ਤੇ ਉਹਦੇ ਨਾਲ ਇਹ ਫਾਇਦਾ ਹੁੰਦਾ ਕਿ ਜੇ ਤੁਹਾਡਾ ਐਕਸਪੀਰੀਅੰਸ ਐਡ ਹੋ ਗਿਆ ਨਾ ਤੁਸੀਂ ਜਿਹੜਾ ਆਪਣਾ ਲਰਨਿੰਗ ਟੈਸਟ ਜਿਹੜਾ ਕਿ ਰਿਟਨ ਟੈਸਟ ਜਿਹੜਾ ਬਾਅਦ ਹੁੰਦਾ ਕੰਪਿਊਟਰ ਤੇ ਹਾਂ ਨਾ ਉਹ ਤੋਂ ਬਾਅਦ ਰਾਈਟ ਵੇ ਤੁਸੀਂ ਜਿਹੜਾ ਆ ਆਪਣਾ ਡਰਾਈਵਿੰਗ ਟੈਸਟ ਦੇ ਸਕਦੇ ਹਾਂ ਨਹੀਂ ਤੁਹਾਨੂੰ ਵੇਟ ਕਰਨੀ ਪੈਂਦੀ ਨਹੀਂ ਤੁਹਾਨੂੰ 8 ਮਹੀਨੇ ਜਾਂ 9 ਮਹੀਨੇ ਵੇਟ ਕਰਨੀ ਪੈਂਦੀ ਆ ਸੋ ਇਹਦਾ ਵੀ ਅਸੀਂ ਪੁੱਛ ਕੇ ਆਏ ਸੀਗੇ ਤੇ ਉਹ ਕਹਿੰਦੇ ਕਿ ਤੁਸੀਂ ਰਾਈਟ ਵੇ ਦੇ ਸਕਦੇ ਹੋ ਹਨ ਤੇ 온ਟਾਰੀਓ ਚ ਵੀ ਦੇ ਸਕਦੇ ਹੋ ਤੁਸੀਂ ਆਪਣਾ ਮੈਗਨਟੋਵਾ ਦੇ ਵਿੱਚ ਵੀ ਦੇ ਸਕਦੇ ਹੋ ਸਾਰੀ ਪ੍ਰੋਵਿੰਸ ਦੇ ਵਿੱਚ ਦੇ ਸਕਦੇ ਹੋ BC ਦੇ ਵਿੱਚ ਤਾਂ ਮੈਨੂੰ ਲੱਗਦਾ ਐਵੇਂ ਆ ਕਿ ਤੁਸੀਂ ਇੰਡੀਅਨ ਲਾਇਸੈਂਸ ਤੇ ਵੀ ਪਤਾ ਨਹੀਂ 3 ਮਹੀਨੇ ਪਤਾ ਨਹੀਂ ਕਿੰਨਾ ਇੱਥੇ ਮੈਨਟੋਪਾ ਦੇ ਵਿੱਚ 3 ਮਹੀਨੇ ਆ ਤੁਸੀਂ 3 ਮਹੀਨੇ ਇੰਡੀਆ ਲਾਇਸੈਂਸ ਤੇ ਅਕੋਰਡਿੰਗ ਤੁਸੀਂ ਉੱਥੇ ਪੁੱਛ ਸਕਦੇ ਹੋ 10 ਦਿਨ ਤੇ ਤੁਹਾਨੂੰ ਹਾਂ ਗੱਡੀ ਚਲਾ ਸਕਦੇ ਹੋ ਹਨ ਤੇ ਉਸ ਤੋਂ ਬਾਅਦ ਆਪਣਾ ਲਾਇਸੈਂਸ ਦਾ ਪ੍ਰੋਸੈਸ ਵੀ ਜ਼ਰੂਰੀ ਆਪਣਾ ਨਾਲ ਦੀ ਨਾਲ ਸ਼ੁਰੂ ਕਰ ਲਓ ਮਤਲਬ ਜਿਹੜੇ ਮੇਨ ਮੇਨ ਕੰਮ ਆ ਜਿਹੜਾ ਤੁਹਾਨੂੰ ਕਰਨੀ ਪੈਣੀ ਮਸਟ ਆ ਉਹ ਤੁਸੀਂ ਪਹਿਲੇ 3-4 ਦਿਨਾਂ ਚ ਹੀ 당 ਗੇੜ ਦੋ ਤੇ ਆ ਲਾਇਸੈਂਸ ਵਾਲਾ ਤੁਹਾਡੇ ਲਈ ਕੰਪਲਸਰੀ ਦੱਸਤਾ ਕਿ ਇਹ ਵੀ ਨਾਲ ਦੀ ਨਾਲ ਕਿਉਂਕਿ ਗੱਡੀ ਇੱਥੇ ਬਹੁਤ ਜ਼ਰੂਰੀ ਆ ਜਦੋਂ ਬਰਫ ਪੈਣ ਲੱਗਦੀ ਤੁਹਾਨੂੰ ਗੱਡੀ ਦੀ ਬਹੁਤ ਜ਼ਰੂਰਤ ਫੀਲ ਹੁੰਦੀ ਆ। ਬਾਕੀ ਜੇ ਤੁਸੀਂ ਪਹਿਲਾਂ ਸੋਚ ਕੇ ਆ ਜੀ ਅਸੀਂ ਕੋਰਸ ਵੀ ਚੇਂਜ ਕਰਨਾ ਤਾਂ ਉਹ ਵੀ ਤੁਸੀਂ ਆਪਣੇ ਆਉਣ ਦੇ ਪਹਿਲੇ ਹੀ 5-6 ਦਿਨਾਂ ਚ ਕਰ ਲਓ ਕਿਉਂਕਿ ਉਹ ਅਸੀਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਕਿ ਐਂਡ 'ਚ ਜਿਹਨੂੰ ਆ ਕੇ ਉੱਥੇ ਕੀ ਹੁੰਦਾ ਕੀ ਗਾਹ ਪੈਂਦਾ ਕਾਲ ਜਾਂਦਾ। ਹੂੰ ਹੂੰ ਤੇ ਜੇ ਤੁਸੀਂ ਪ੍ਰੋਸੈਸ ਦੇਖਣੀ ਵੀ ਕਿਵੇਂ ਕਰਨਾ ਕੀ ਨਹੀਂ ਕਰਨਾ ਉਹ ਤੁਹਾਡੇ ਅਸੀਂ ਵੀਡੀਓ ਪਹਿਲਾਂ ਹੀ ਅਪਲੋਡ ਕਰ ਚੁੱਕੇ ਆ ਤੁਹਾਨੂੰ ਡਿਸਕ੍ਰਿਪਸ਼ਨ 'ਚ ਲਿੰਕ ਵੀ ਮਿਲ ਜਾਊਗਾ। ਹਾਂ ਬਾਕੀ ਉਹ ਆ ਚੀਜ਼ਾਂ ਤੁਸੀਂ ਮਾਸਟਰ ਕਰੋ ਪਹਿਲਾਂ ਹੀ ਜਿਹੜੀ ਤੁਸੀਂ ਜਿਹੜੀ ਤੁਹਾਨੂੰ ਕਰਨੀਆਂ ਹੀ ਪੈਣੀਆਂ ਜ਼ਰੂਰੀ ਆ। ਜੀ ਤੇ ਇੰਨੀ ਕੁ ਸੀਗੀ ਵੀਡੀਓ ਤੇ ਬਾਕੀ ਹੋਰ ਵੀਡੀਓਜ਼ ਅੱਗੇ ਅੱਗੇ ਇੱਕ ਹੋਰ ਵੀਡੀਓ ਆਉਗੀ ਜਿੱਦੇ ਅਸੀਂ ਦੱਸਾਂਗੇ ਤੁਹਾਨੂੰ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਤੁਸੀਂ ਆਪਣੇ ਇੰਡੀਆ ਤੋਂ ਲੈ ਕੇ ਆਣੇ ਆ ਜਿਹੜੇ ਉਰੇ ਅੱਗੇ ਆ ਕੇ ਕੰਮ ਆਉਂਦੇ ਆ ਤੇ ਇਮੀਗ੍ਰੇਸ਼ਨ ਤੇ ਹਨਾ ਕੀ ਕੰਮ ਆਉਂਦੇ ਹਾਂ ਇਮੀਗ੍ਰੇਸ਼ਨ ਤੇ ਵੀ ਤੇ ਬਾਅਦ ਚ ਉਰੇ ਆ ਕੇ ਵੀ ਜਿੱਦਾਂ ਹੋਰ ਡਾਕੂਮੈਂਟ ਵੀ ਚਾਹੀਦੇ ਹੁੰਦੇ ਆਪਾਂ ਨੂੰ ਤੇ ਹੋਰ ਵੀ ਸਾਰੀ ਅੱਗੇ ਵੀਡੀਓਜ਼ ਦੇ ਵਿੱਚ ਦੱਸਾਂਗੇ ਕਿ ਉੱਥੇ ਇਮੀਗ੍ਰੇਸ਼ਨ ਜਦੋਂ ਹੁੰਦੀ ਹੈ ਕਈ ਬਹੁਤ ਡਰਦੇ ਨੇ ਕਿ ਉੱਥੇ ਕਿਹੜੇ ਕਿਹੜੇ ਕੁਐਸਚਨ ਪੁੱਛਣੇ ਆ ਸਾਰੀਆਂ ਵੀਡੀਓਜ਼ ਜਿਹੜੀਆਂ ਹੁਣ ਇੱਕ ਸੀਰੀਜ਼ ਹੀ ਗੱਲਾਂ ਪੂਰੀ ਆ ਜਾਣ ਓਕੇ ਜੀ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ